ਨੂੰ ਭਰਤ ਮੁਨੀ ਦੇ ਰਸ ਸ਼ਾਸਤਰ ਦਾ ਹਵਾਲਾ ਦੇਣਾ ਪੈਣਾ ਪਰ ਦੋਂ ਬਹੁਤ ਸੁਕੇ ਆਪਣੇ ਕਾਵਿ ਸ਼ਾਸਤਰ ਦੀ ਜਿਹੜੀ ਪਰੰਪਰਾ ਜੇ ਤੁਸੀਂ ਕਹੋ ਕਿ ਪੋਇਟਿਕ ਕ੍ਰਿਟਿਸਿਜ਼ਮ ਦੀ ਜਿਹੜੀ ਪਰੰਪਰਾ ਉਹ ਬਹੁਤ ਅਮੀਰ ਹੈ ਉਹਦੇ ਵਿੱਚ ਮੈਂ ਜਾਣਾ ਨਹੀਂ ਇੱਕ ਸੰਪਰਦਾ ਦਾ ਨਾਂ ਰਸ ਸੰਪਰਦਾ ਹੈ ਅਤੇ ਭਰਤ ਮੁਨੀ ਨਾਟ ਸ਼ਾਸਤਰ ਦਾ ਪਿਤਾਮਾ ਉਹਦਾ ਬੋਢੀ ਹੈ ਉਹ ਇੱਕ ਬਹਿਸ ਤੋਰਦੇ ਆ ਕਿ ਰਸ ਮੈਂ ਰਸ ਦੀ ਵੀ ਜੇ ਸੰਖੇਪ ਤੌਰ 'ਤੇ ਪਰਿਭਾਸ਼ਾ ਕਰਾਂ ਤਾਂ ਸਿਰਫ ਇੰਨੀ ਕਿ ਕਵਿਤਾ ਦਾ ਜਿਹੜਾ ਪਾਠ ਹੈ ਪਾਠਕ ਦੇ ਮਨ ਵਿੱਚ ਜਿਹੜਾ ਜ਼ਿਹਨੀ ਜਜ਼ਬਾਤੀ ਪ੍ਰਭਾਵ ਸਿਰਜਦਾ ਉਹਨੂੰ ਤੁਸੀਂ ਰਸ ਕਹਿ ਲਓ ਸਵਾਲ ਉਹਨਾਂ ਨੇ ਇਹ ਪੇਸ਼ ਕੀਤਾ ਕਿ ਜਿਹੜੀ ਰਸ ਦੀ ਉਤਪੱਤੀ ਆ ਐਵੇਂ ਮੈਂ ਔਖੇ ਲਫ਼ਜ਼ ਬੋਲੀ ਜਾਂਦਾ ਅਤੇ ਰਸ ਹੈ ਕਿੱਥੇ ਤਿੰਨ ਨਜ਼ਰੀਏ ਉਹਨੇ ਦਿੱਤੇ ਪਹਿਲੀ ਗੱਲ ਸ਼ਾਇਰ ਦੇ ਜ਼ਿਹਨ 'ਚ ਦੂਜੀ ਗੱਲ ਕਵਿਤਾ ਦੇ ਪਾਠ 'ਚ ਟੈਕਸਟ 'ਚ ਤੀਜੀ ਗੱਲ ਪਾਠਕ ਦੇ ਚਿੱਤ 'ਚ ਤਾਂ ਮੈਨੂੰ ਇਹਦਾ ਲੱਗਦਾ ਕਿ ਸਭਨਾਂ ਨੂੰ ਰਲਾ ਕੇ ਜੇ ਫਰਜ਼ ਕਰੋ ਸ਼ਾਇਰ ਦੇ ਚਿੱਤ ਵਿੱਚ ਇਹ ਨਾ ਕੁਛ ਹੋਵੇ ਤਾਂ ਉਹਨੇ ਕਵਿਤਾ ਨੂੰ ਦੇ ਕੀ ਦੇਣਾ ਜੇ ਸ਼ਾਇਰ ਦੇ ਚਿੱਤ ਵਿੱਚ ਹੀ ਆ ਉਹਨੂੰ ਅਭਿਵਿਅਕਤ ਨਹੀਂ ਕਰ ਸਕਿਆ ਕਵਿਤਾ ਦੇ ਵਿੱਚ ਤਾਂ ਵੀ ਕੋਈ ਅਰਥ ਨਹੀਂ ਅਤੇ ਜੇ ਫਰਜ਼ ਕਰੋ ਸੁੱਤੀ ਉਹ ਕਿਤਾਬ ਆ ਜਿਹਦਾ ਤਰੇਲ ਤੁੱਕੇ ਕਹਿੰਦਾ ਵੀ ਤੜਕੇ ਦੇ ਵੇਲੇ ਬਿਲਕੁਲ ਸੁੱਤੇ ਹੋ ਆ ਰੋਸ਼ਨੀ ਦੇ ਵਿੱਚ ਚਮਕਦੇ ਆ ਜੇ ਕਿਤਾਬ ਫਰਜ਼ ਕਰੋ ਅਸੀਂ ਖੋਲ੍ਹੀ ਨਹੀਂ ਜੇ ਇਹਨੂੰ ਪਾਠਕ ਨਸੀਬ ਨਹੀਂ ਹੋਇਆ ਰਸਿਕ ਨਸੀਬ ਨਹੀਂ ਹੋਇਆ ਅਤੇ ਤਾਂ ਵੀ ਇਹਦਾ ਮਤਲਬ ਕੋਈ ਅਰਥ ਰਸ ਦੀ ਸਿਰਜਣਾ ਹੋਣੀ ਨਹੀਂ ਮੈਨੂੰ ਇਹਦਾ ਲੱਗਦਾ ਇਹ ਆ ਕਿ ਜਿਵੇਂ ਅਜਮੇਰ ਜੀ ਅਤੇ ਮੋਹਨ ਜੀ ਕਹਿ ਕੇ ਗਏ ਆ ਵੀ ਹਾਇਕੂ ਦੇ ਵਿੱਚ ਇੱਕ ਚੁੱਪ ਸਿਰਜੀ ਜਾਂਦੀ ਆ ਇੱਕ ਦ੍ਰਿਸ਼ ਹੁੰਦਾ ਲੇਕਿਨ ਉਹਦੇ ਅਰਥਾਂ ਦਾ ਜਿਹੜਾ ਪਸਾਰ ਆ ਉਹ ਸ਼ਾਇਰ ਦੇ ਮਨ 'ਚ ਹੋਰ ਸ਼ਾਇਦ ਜੋ ਕੁਛ ਉਹ ਕਹਿਣਾ ਚਾਹੁੰਦਾ ਕਵਿਤਾ 'ਚ ਹੋਰ ਕਿਹਾ ਜਾਂਦਾ ਅਤੇ ਪਾਠਕ ਹੋਰ ਸਮਝਦਾ ਅਤੇ ਜਿਹੜੀ ਇੱਕ ਸੰਖੇਪ ਜਿਹਾ ਹਾਇਕੂ ਪੇਸ਼ ਕਰਕੇ ਗਏ ਆ ਬਾਬੇ ਦੀ ਤਸਵੀਰ ਮਹਿੰਗੀ ਲੱਕੜ ਦਾ ਫਰੇਮ ਉੱਪਰ ਜਮੀ ਧੂਪ ਇਹਨਾਂ ਨੇ ਆਪਣੇ ਕੋਲੋਂ ਨਹੀਂ ਕੁਛ ਵੀ ਕਿਹਾ ਅਤੇ ਮੋਹਣ ਇਹ ਕਹਿ ਕੇ ਗਏ ਆ ਕਿ ਮੈਂ ਇਹਦੇ ਇਸ ਹਾਇਕੂ ਦੇ ਰਾਹੀਂ ਆਪਣੀ ਧਾਰਮਿਕ ਰਵਾਇਤ ਦੇ ਉੱਤੇ ਜਾਂ ਧਰਮ ਪ੍ਰਤੀ ਜਿਹੜਾ ਸਾਡਾ ਝੁਕਾਅ ਆ ਉਹਦੇ 'ਤੇ ਵਿਅੰਗ ਸਿਰਜਿਆ ਮੈਨੂੰ ਲੱਗਦਾ ਹਾਂ ਵਿਅੰਗ ਵੀ ਸਿਰਜਿਆ ਵਿਅੰਗ ਉਹ ਸਿਰਜਿਆ ਇਸ ਗੱਲ 'ਤੇ ਆ ਮੈਨੂੰ ਲੱਗ ਜੇ ਫਰਜ਼ ਕਰੋ ਜਿਹਦਾ ਮੈਂ ਤਿੰਨੇ ਚੀਜ਼ਾਂ ਨੂੰ ਅਲਹਿਦਾ ਕਰਾਂ ਤਾਂ ਮੇਰੇ ਮਨ 'ਤੇ ਜਿਹੜਾ ਪ੍ਰਭਾਵ ਸਿਰਜਿਆ ਜਾਂਦਾ ਉਹ ਇਹ ਕਿ ਬਹੁਤੇ ਬੰਦੇ ਜ਼ਿੰਦਗੀ ਨੂੰ ਧਨ ਦੀ ਚਮਕ ਦੇ ਵਿੱਚ ਦੇ ਰਾਹੀਂ ਜੀਣਾ ਚਾਹੁੰਦੇ ਆ ਲੇਕਿਨ ਉਹਨਾਂ ਦੇ ਵਿੱਚ ਜਿਹੜਾ ਸਾਰ ਤੱਤ ਹੈ ਜ਼ਿੰਦਗੀ ਦਾ ਉਹ ਬਿਲਕੁਲ ਗਾਇਬ ਹੁੰਦਾ ਮਹਿੰਗੀ ਲੱਕੜ ਦੀ ਫਰੇਮ ਜਿਹੜੀ ਆ ਉਹ ਜੇ ਫਰਜ਼ ਕਰੋ ਉਹਨੇ ਆਪਣੇ ਅਭਿਮਾਨ ਦੀ ਸੰਤੁਸ਼ਟੀ ਲਈ ਉਹ ਤਸਵੀਰ ਰੱਖੀ ਹੋਆ ਨਾ ਉਹਦਾ ਤਸਵੀਰ ਨਾਲ ਕੋਈ ਨਾਤਾ ਨਾ ਉਸ ਤਸਵੀਰ ਪ੍ਰਤੀ ਉਹਦੀ ਕੋਈ ਭਾਵਨਾ ਨਾ ਉਹਨੂੰ ਰੋਜ਼ ਸਾਫ਼ ਕਰਨ ਦੀ ਉਹਦੀ ਕੋਈ ਰੀਝ ਆ ਇਹ ਸਭ ਕੁਛ ਦਿਖਾਵਾ ਉਂਝ ਵੈਸੇ ਜਿਹੜੀ ਮੈਂ ਤਕਰੀਰ ਤੁਹਾਡੇ ਸਾਹਮਣੇ ਪੇਸ਼ ਕਰਨੀ ਸੀ ਉਹ ਇਹਦੇ ਕੁਛ ਹਾਇਕੂਆਂ ਨੂੰ ਆਧਾਰ ਬਣਾ ਕੇ ਇਸ ਹੀ ਇੱਕੋ ਇੱਕ ਨੁਕਤੇ 'ਤੇ ਪੇਸ਼ ਕਰਨੀ ਸੀ ਪਰ ਹੁਣ ਮੈਂ ਇਸ ਹਾਇਕੂ ਦੇ ਬਾਰੇ ਇਸ ਹਾਇਕੂ ਨੇ ਮੈਨੂੰ ਕੀ ਸਮਝਾਇਆ ਪਹਿਲੀ ਗੱਲ ਤਾਂ ਮੈਨੂੰ ਇੱਦਾਂ ਕਿਉਂਕਿ ਇਸ ਹਾਇਕੂ ਦੇ ਵਿੱਚ ਇੱਕ ਸੰਖੇਪ ਜਿਹਾ ਚਿੱਤਰਿਆ ਮੈਨੂੰ ਇਹ ਪੜ੍ਹਦਿਆਂ ਇੱਕ ਚੀਨੀ ਫੌਜ ਚੇਤੇ ਆਈ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇੱਕ ਤਸਵੀਰ ਸ਼ਾਇਦ ਉਹ ਗੱਲ ਕਹਿ ਦਿੰਦੀ ਹੈ ਜਿਹੜੀ ਹਜ਼ਾਰ ਲਫ਼ਜ਼ ਵੀ ਨਹੀਂ ਕਹਿ ਸਕਦਾ ਮੈਨੂੰ ਇਹ ਤਿੰਨੇ ਕੰਸੈਪਟ ਤਸਵੀਰ ਫੋਟੋ ਫਰੇਮ ਅਤੇ ਧੂੜ ਬਹੁਤ ਕੁਛ ਕਹਿ ਗਿਆ ਉਹ ਗੱਲਾਂ ਵੀ ਜਿਹੜੀਆਂ ਮੋਹਨ ਨੇ ਕਿਹਾ ਇਦੋਂ ਵੱਖਰੀਆਂ ਵੀ ਵੱਖਰੀ ਕੀ ਮੇਰੇ ਸਾਹਮਣੇ ਪਹਿਲੀ ਗੱਲ ਉਦੈ ਹੋਈ ਬਾਬੇ ਦੀ ਫੋਟੋ ਦੀ ਮੇਰੇ ਸਾਹਮਣੇ ਸਵਾਲ ਆਇਆ ਕਿ ਸੱਚੀ ਬਾਬੇ ਦੀ ਹੈ ਆਪਾਂ ਨੂੰ ਪਤਾ ਕਿ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਆਪਣੇ ਕੋਲ ਅਸਲੀ ਰੂਪ ਦੇ ਵਿੱਚ ਹੋ ਨਹੀਂ ਸਕਦੀ ਕਿਉਂਕਿ ਉਸ ਵੇਲੇ ਕੈਮਰਾ ਨਹੀਂ ਸੀ ਮੈਂ ਇੱਦਾਂ ਕਹਿ ਸਕਦਾ ਵੀ ਐਡੇ ਰਾਜ ਦਰਬਾਰੀ ਜਾਂ ਗੁਰੂ ਦੇ ਤੌਰ 'ਤੇ ਵੀ ਐਡੀ ਆਪਣੇ ਵੇਲਿਆਂ ਦੀ ਮੈਂ ਗੱਲ ਕਰਦਾ ਐਡੇ ਸਥਾਪਿਤ ਸ਼ਾਇਦ ਉਹ ਨਹੀਂ ਸੀ ਕਿ ਉਹਨਾਂ ਦੀ ਤਸਵੀਰ ਕੋਈ ਮੁਸੱਬਰ ਖਿੱਚਣ ਦੀ ਕੋਸ਼ਿਸ਼ ਕਰਦਾ ਕਿਸੇ ਮੁਸੱਬਰ ਦੀ ਖਿੱਚੀ ਉਹ ਤਸਵੀਰ ਵੀ ਉਸ ਵੇਲੇ ਦੀ ਹੈ ਨਹੀਂ ਗੁਰੂ ਨਾਨਕ ਦੇਵ ਦੀਆਂ ਸਭ ਤੋਂ ਪੁਰਾਣੀਆਂ ਤਸਵੀਰਾਂ ਜਨਮ ਸਾਖੀਆਂ ਵਿੱਚ ਜਾਂ ਕੰਧ ਚਿੱਤਰਾਂ ਦੇ ਰੂਪ ਵਿੱਚ ਆ ਅਤੇ ਜਿਹੜੀ ਤਸਵੀਰ ਸਾਡੇ ਵਿੱਚ ਬਹੁਤੀ ਪ੍ਰਚਲਿਤ ਆ ਉਹ ਸੋਭਾ ਸਿੰਘ ਦੀ ਬਣਾਈ ਹੋਆ ਅਤੇ ਇਹ ਤੋਂ ਪਹਿਲਾਂ ਮੈਂ ਇਸ ਗੱਲ ਪਰ ਵੀ ਸੰਕੇਤ ਕਰਨ ਦੀ ਕੋਸ਼ਿਸ਼ ਕਰਦਾ ਵੀ ਗੁਰੂ ਨਾਨਕ ਦੇਵ ਜੀ ਦੀ
पुरानी तो पुरानी तस्वीर लग के छापण का उपराला भी किया गया 1469 तो बाद जिस वे आप 1969 च पांचवीं जन्म शताब्दी बनाई है। डॉक्टर सुरेंद्र सिंह कोहली नूं होर दे नाल एक प्रोजेक्ट यह भी दिता गया कि गुरु नानक देव जी की जी पुरानी तस्वीर है वो तुम लभो। उन्होंने पुरानी हथ लिखत पुराने कंध चित्रां का अध्ययन किया, तस्वीर तो लग गई बहुत, पर गुरु नानक देव जी की तस्वीर छापी नहीं। कारण लगे इदा जी भेदा गुरु नानक देव जी का अक्स खराब हो जाए, क्योंकि गुरु नानक देव फर्ज करो जिदा आप जानते हैं एक बच्चा जिहड़ा बचपन डंगर चारदा रहा, तो एक बंदा जिहदे मन दे विच ज्ञान की अमित जुस्तू आ, तो ज्ञान की तलाश में उन्हें इन्नी धरती पैदल गाही, तो वह पैदल गाउण लगा मतलब पैदल तुरन वाले इन्ने तुरन वाले बंदे की जिहड़ी जिहड़ा आकार है जिहड़ी आकृति है वो नहीं हो सकती जो कि शोभा सिंह ने बनाई है। अच्छा फिर अपनी जिस अवस्था नूं आपां अवकाश प्राप्त अवस्था कह दिंदे आ रिटायर्ड लाइफ, गुरु नानक देव ने तो वह मतलब जीवी नहीं, मगरली उम्र किसानी की करतारपुर जे डेरा बाबा नानक दे इर्द गिर्द जिथे भी मतलब सी उन्होंने तस्वीर कुदरती तौर के उत्ते होर तरह की होगी। तो मैं मेरे मन के हाइकू पढ़न तो बाद यह भी सवाल पैदा होया कि जेडे बंदे कहिंदे आ कि इदां गुरु नानक देव जी का अक्स बिगड़ जाना सी, उन्होंने की अक्स सही पेश किया। अगला मेरे मन के ख्याल यह पैदा होया कि साड़ी जिहड़ी समुची जिंदगी आ ओ असी किसी के कहे ते किसी के कहे नूं मन लैण नूं जिंदगी बना लिया। पहली गल गुरु नानक देव जी की तस्वीर किसी ने देखी नहीं, गुरु नानक देव जी की तस्वीर किसी ने खिंची नहीं, गुरु नानक देव जी की तस्वीर किसी ने कल्पी आ अपनी कल्पना का चित्र पेश किया। असी अज जे उस तस्वीर बारे कुछ भी कहीए तो सानूं उदा लगेगा कि असी गुरु नानक देव जी के सरूप का निरादर करते हैं, जिहड़ा कि सरूप गुरु नानक देव जी का है ही नहीं। इदां ही असी सारी जिंदगी नूं अपने सारे जज्बियां नूं अपने विचारां नूं अपनी आस्था नूं अपने सब पासे नूं असी सुने सुनाए दे आधार ते निश्चित किया है, जां जे किसी होर जिस बंदे दा साडे मन दे विच इक आदर आ उन्हें जे फर्ज करो उस गल नूं प्रमाणित कर दिता तो आपां उसे गल नूं ऐन उदां ही स्वीकार कर लिया। कंसैप्ट मुहब्बत दा होवे, कंसैप्ट काम दा होवे, कंसैप्ट मनुखी रिश्ते दा होवे, कंसैप्ट वीरता दा होवे, कंसैप्ट परोपकार दा होवे, ऐन जो कुछ किसी ने परंपरा ने साडे उद्दे उत्ते मतलब ठोस दिता, इदां ही असीं सारी जिंदगी एक नकली तौर पर जाली तौर पर मसरूही तौर पर जीने। ये हाईकोर्ट के एक इस किस्म की जिंदगी का एक सिलसिला बढ़ता। हुण जे फर्ज करो मैं काफ़ी मतलब नहीं कढ़ता, मैं उन्ना जिन्ना मैं जबानी चेते आ मैं उत्ते गल कर दिना, लगता मैं इदा कि हम तुम क्योंकि मेरी गल सुन मैं पूरी कर ही लवान। मिसाल के तौर पर दौलत के आसरे सारी जिंदगी